ਸਤਿ ਸ਼੍ਰੀ ਅਕਾਲ, ਮੇਰਾ ਨਾਮ ਕਿਰਨਦੀਪ ਕੌਰ ਹੈ। ਮੈਂ ਫਰੀਦਕੋਟ ਤੋਂ ਬਿਲੋਂਗ ਕਰਦੀ ਹਾਂ, ਯਾਨੀ ਕਿ ਬੱਗਿਆਂ ਤੋਂ ਜ਼ਿਲ੍ਹਾ ਫਰੀਦਕੋਟ। ਮੈਂ ਇੱਥੇ ਬਾਲਾ ਜੀ ਜੋਬ ਪਲੇਸਮੈਂਟ 'ਤੇ ਜੋਬ ਵਾਸਤੇ ਆਈ ਸੀ। ਸਰ ਬਹੁਤ ਅੱਛੇ, ਯਾਨੀ ਕਿ ਗਾਈਡ ਕਰਦੇ ਆ, ਬਹੁਤ ਅੱਛੀਆਂ ਜੋਬਸ ਆ ਇਹਨਾਂ ਕੋਲ। ਮੈਨੂੰ ਘੰਟੇ ਵਿੱਚ ਦੀ ਜੋਬ ਮਿਲ ਗਈ, ਯਾਨੀ ਕਿ ਜੋਬ ਹੈਗੀ ਆ ਸ਼ੋਰੂਮ ਵਿੱਚ ਆ, ਕਸਟਮਰ ਡੀਲਿੰਗ ਦੀ ਹੈ। ਉਸ ਯਾਨੀ ਕਿ ਕੱਲੀ ਡੀਲ ਕਸਟਮਰ ਨਾਲ ਡੀਲ ਕਰਨਾ ਹੈ, ਉਹਨਾਂ ਨਾਲ ਅੱਛੇ ਤਰੀਕੇ ਨਾਲ ਕਿੱਦਾਂ ਉਹਨਾਂ ਨੂੰ ਗਾਈਡ, ਉਹਨਾਂ ਨੂੰ ਕਸਟਮਰ ਨੂੰ ਗਾਈਡ ਕਰਨਾ ਹੈ, ਯਾਨੀ ਕਿ ਉਹਨਾਂ ਨੂੰ ਹਰ ਇੱਕ ਚੀਜ਼ ਬਾਰੇ ਵੀ ਉਹਨਾਂ ਵਾਸਤੇ ਕਿਹੜੀ ਚੀਜ਼ ਬੈਨੀਫਿਟ ਹੈ ਕਿਹੜੀ ਨਹੀਂ, ਉਸ ਬਾਰੇ ਦੱਸਣਾ ਹੈ। ਬਾਲਾ ਜੀ ਜੋਬ ਪਲੇਸਮੈਂਟ ਵਿੱਚ ਯਾਨੀ ਕਿ ਬਹੁਤ ਸਾਰੀਆਂ ਜੋਬਸ ਪਈਆਂ ਆ, ਗਰਲਸ ਵਾਸਤੇ, ਬੋਇਸ ਵਾਸਤੇ, ਸਾਰਾ ਹਰ ਇੱਕ ਨੂੰ ਬਹੁਤ ਅੱਛੇ ਤਰੀਕੇ ਨਾਲ ਗਾਈਡ ਕਰਦੇ ਉਸ ਜੋਬ ਬਾਰੇ। ਅਤੇ ਇਹਨਾਂ ਦੀ 100,000 ਰੁਪਈਆ ਫੀਸ ਆ, ਯਾਨੀ ਕਿ ਅਤੇ ਸਰ ਫੀਸ ਉਦੋਂ ਹੀ ਲੈਂਦੇ ਆ ਜਦੋਂ ਬੱਚਾ ਪੂਰੀ ਤਰੀਕੇ ਨਾਲ ਆਪਦੀ ਜੋਬ 'ਤੇ ਜਾਣ ਲੱਗ ਜਾਂਦਾ ਹੈ, ਐਂਡ ਅਦਰਵਾਈਜ਼ ਸਰ ਕੋਈ ਫੀਸ ਵਗੈਰਾ ਨਹੀਂ ਲੈਂਦੇ ਗੇ। ਬਾਕੀ ਇਹਨਾਂ ਦਾ ਸਟਾਫ ਬਹੁਤ ਅੱਛਾ ਹੈ, ਬਹੁਤ ਅੱਛਾ, ਯਾਨੀ ਕਿ ਸਰ ਵੀ ਸਾਰਿਆਂ ਨੂੰ ਬਹੁਤ ਅੱਛਾ ਗਾਈਡ ਕਰਦੇ ਆ, ਅਤੇ ਤਾਂ ਕਰਕੇ ਫਿਰ ਮੈਂ ਇੱਥੇ ਵੀ ਯਾਨੀ ਕਿ ਫਸਟ ਵਾਰ ਆਈ ਹਾਂ। ਮੈਨੂੰ ਬਹੁਤ ਅੱਛਾ ਹੀ ਇਹਨਾਂ ਨੇ ਜੋਬ ਦਿੱਤੀ ਆ, ਅਤੇ ਤਾਂ ਕਰਕੇ ਮੈਂ ਉਹਦੀ ਜੋਬ ਤੋਂ ਬਹੁਤ ਜ਼ਿਆਦਾ ਹੈਪੀ ਹਾਂ। ਥੈਂਕ ਯੂ।